ਅਸਲਾਮ ਵਾਲੇਕੁਮ ਭਾਈ, ਕੀ ਹਾਲ ਚਾਲ? ਸਾਰਿਆਂ ਦਾ ਠੀਕ ਹੋ? ਯਾਰ ਤੁਹਾਨੂੰ ਸ਼ੋਕ ਕਰਾਉਂਦੇ ਹਾਂ ਅੱਜ, ਦੋਸਤ ਮੇਰੇ ਦੇ ਘੁੰਮ ਤੋਂ ਨਾ, ਅਤੇ ਸਿਰਫ ਸ਼ੋਕ ਵਾਸਤੇ ਆ ਬਰੀਡਿੰਗ ਕੇਜ, ਅਤੇ ਇਹਨਾਂ ਦੇ ਗਾਂ ਬੱਚੇ ਬੱਚੇ ਅਸੀਂ ਸੇਲ ਸੂਲ ਕਰੀਦੇ ਆ, ਅਤੇ ਸ਼ੋਕ ਵਗੈਰਾ ਕਰੋ। ਦੋਸਤ ਮੇਰੇ ਦੇ ਕਬੂਤਰ ਆ ਸਾਰੇ ਜਨਾਬ, ਟੈਡੀ ਹੈ ਇਹਨਾਂ ਦੇ ਵਿੱਚ, ਅਤੇ ਬਾਂਕੇ ਆ, ਬਹੁਤ ਅੱਛੀ ਨਸਲਾਂ ਦੇ ਕਬੂਤਰ ਆ। ਅਤੇ ਯਾਰ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਆ ਕਰੋ ਭਾਈ, ਮਿਹਰਬਾਨੀ ਆ, ਰਿਕੁਐਸਟ ਹੀ ਆ ਇੱਕ ਭਾਈ ਹੋਣੇ ਦੇ ਨਾਤੇ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਰਿਕੁਐਸਟ ਹੀ ਆ, ਅਤੇ ਫੋਲੋ ਤਾਂ ਕਰ ਲਿਓ ਲਾਜ਼ਮੀ, ਤਾਂ ਕਿ ਜਿਹੜੀ ਨਈ ਵੀਡੀਓ ਮੈਂ ਅਪਲੋਡ ਕਰਾਂ ਤੁਹਾਡੇ ਕੋਲ ਉਸੇ ਟਾਈਮ ਨੋਟੀਫਿਕੇਸ਼ਨ ਆ ਜਾਵੇ, ਅਤੇ ਤੁਸੀਂ ਉਸੇ ਟਾਈਮ ਕਾਲ ਕਰ ਸਕੋ। ਹੁਣ ਕਈ ਭਾਈ ਕਾਲ ਕਰਦੇ ਆ, ਕਬੂਤਰ ਸੇਲ ਹੋ ਜਾਂਦੇ ਆ, ਅਤੇ ਉਹ ਇਸ ਵਜ੍ਹਾ ਤੋਂ ਨਾ ਜ਼ਰਾ ਰਿਕੁਐਸਟ ਆ ਕਿ ਫੋਲੋ ਵੀ ਲਾਜ਼ਮੀ ਕਰ ਲਓ, ਅਤੇ ਨਵੀਂ ਜਦੋਂ ਮੈਂ ਨਵੀਂ ਕੋਈ ਵੀਡੀਓ ਲਾਵਾਂ ਉਸ ਟਾਈਮ ਹੀ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਵੇ। ਅਤੇ ਇਨਸ਼ਾਅੱਲਾ ਇੱਦਾਂ ਦੀਆਂ ਛੇ ਛੇ ਵੀਡੀਓਜ਼ ਮੈਂ ਲੈ ਕੇ ਆਉਂਦਾ ਰਹਾਂਗਾ, ਅਤੇ ਹਾਈ ਕੁਆਲਿਟੀ ਦੀਆਂ, ਅਤੇ ਆਹ ਦੇਖ ਲਓ ਜਨਾਬ ਇਹ ਸ਼ੌਕ ਆ, ਅਤੇ ਦੋ ਸਾਨੂੰ ਇਜਾਜ਼ਤ, ਅਸੀਂ ਮਿਲਦੇ ਹਾਂ ਨੈਕਸਟ ਕੇਜ ਨਾਲ। ਓਕੇ ਜੀ, ਜਨਾਬ।